ਯਾਹ ਹੋ ਕੇ ਆਈਆਂ ਅਜ ਨਨਦਾ ਤੇ ਪਰਜਾਈਆਂ ਤਾਏ ਚਾਚੇ ਸਾਰੇ ਆਗੇ ਤੇ ਨਾਲੇ ਆਈਆਂ ਚਾਚੀਆਂ ਤਾਈਆਂ ਮੁੰਡੇ ਪੱਗਾ ਪੋਚ ਕੇ ਬਨ ਕੇ ਆਗੇ ਤੇ ਨਾਲੇ ਮੁੱਛਾਂ ਵੀ ਕੁੰਡੀਆਂ ਕਰਾਈਆਂ ਕੁੜੀਆਂ ਵੀ ਘਟ ਨਹੀਂ ਕਿਸੇ ਤੋਂ ਤੇ ਅੱਜ ਬਨ ਬਨ ਡਾਰਾਂ ਆਈਆਂ ਮਹਿਫਿਲ ਗੀਤ ਸੰਗੀਤ ਦੀ ਲੱਗੀ ਤੇ ਮੇਰ ਕਰੀ ਮੇਰੇ ਸਾਈਆਂ ਤੇ ਵਿੱਚ ਮੋਹਾਲੀ ਦੇ ਵਾਇਸ ਆਫ ਪੰਜਾਬ ਨੇ ਰੌਣਕਾਂ ਲਾਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਆਸਤਿੰਦਰ ਸਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਰਾਇਲ ਸਟੈਗ ਵਾਇਸ ਆਫ ਪੰਜਾਬ ਸੀਜ਼ਨ 5 ਦੇ ਵਿੱਚ ਔਰ ਇੱਕ ਗੱਲ ਹੋਰ ਮੈਂ ਦੱਸ ਦਿਆਂ ਵੀ ਅੱਜ ਬੜਾ ਭਾਗਾ ਵਾਲਾ ਦਿਨ ਹੈ ਔਰ ਕਰਮਾ ਵਾਲੀ ਰਾਤ ਹੈ ਉਹਦੇ ਵਿੱਚ ਜਿੰਨੇ ਵੀ ਆਏ ਨੇ ਵਿਆਹ ਤੇ ਇਕਵਾਰੇ ਤੇ ਬਨ ਕੇ ਆਏ ਨੇ ਜੋ ਤੁਰਲੇ ਤੇ ਨਾਲ ਬਨ ਕੇ ਆਈਆਂ ਨੇ ਜੋ ਦਾਰਾ ਸੋ ਉਹਨਾਂ ਸਾਰਿਆਂ ਨੂੰ ਜੀ ਆਇਆਂ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਇਸ ਰਾਤ ਦੇ ਵਿੱਚ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਉਹ ਸਪਾਂਸਰਸ ਜਿਨ੍ਹਾਂ ਤੋਂ ਬਿਨਾ ਕੋਈ ਵੀ ਕਾਰਜਕ੍ਰਮ ਜਿਹੜਾ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਕਿਉਂਕਿ ਪ੍ਰੋਗਰਾਮ ਦੇਖਣਾ ਬੜਾ ਸੌਖਾ ਏ ਕਰਾਉਣਾ ਬੜਾ ਮੁਸ਼ਕਿਲ ਏ ਔਰ ਕਰਾਉਣ ਦੇ ਲਈ ਪੈਸੇ ਦੇਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਏ ਸੋ ਸਭ ਤੋਂ ਪਹਿਲਾਂ ਆਮ ਵੈਰੀ ਥੈਂਕਫੁਲ ਟੂ ਆਰ ਟਾਈਟਲ ਸਪਾਂਸਰ ਰਾਇਲ ਸਟੈਗ Co-presenter, Vaseline Fear and Lovely, powered by Colgate Dental Cream, Godrej Number One, Honey and Glycerin Soap, associate sponsors, ESS Global, Eyeball, Andy Smartphone, Bajaj Almond Drop Hair Oil, Streaks, Instra Cream Hair Color, Tata T1 Trucking Racing Championship, टेलीकॉम पार्टनर आइडिया बैंकिंग पार्टनर फेडरल बैंक ऑटोमोबाइल पार्टनर महिंद्रा स्कॉर्पियो फैशन पार्टनर जहां पना वाह वार्ड्रोब पार्टनर पैंटालोम, जजिस वार्ड्रोब्स बाय माही डिजाइन स्टूडियोज बाय मुकेश मेहरा अमृतसर फीमेल वार्ड्रोब्स बाय सी के सी स्टूडियो बाय पंकज ठाकुर लुधियाना ज्यूलरी बाय लक्ष्मी स्टोर लुधियाना मतलब ਜੁਐਲਰੀ ਕਿਨੇ ਕਿਨੇ ਪਾਈ ਹੋਈ ਹੈ ਜਜ ਜਿਹੜੇ ਮਾਨਸਾ ਬੜੇ ਖੁਸ਼ ਹੋ ਰਹੇ ਆ ਉਹ ਕਹਿੰਦੇ ਮੇਰਾ ਆਪਣਾ ਹੈ ਜੁਐਲਰੀ ਬਾਈ ਲక్ష్ਮੀ ਸਟੋਰ ਲੁਧਿਆਣਾ ਮੇਕਅਪ ਬਾਈ ਵੀ ਐਲ ਸੀ ਸੀ ਔਰ ਇਸ ਦੇ ਨਾਲ ਹੀ ਮੈਂ ਤਾਰਫ ਕਰਾ ਦਿਆਂ ਉਹਨਾਂ ਜੋਰੀਆਂ ਦਾ ਜਿਨ੍ਹਾਂ ਨੇ ਇਸ ਪੂਰੇ ਸੀਜ਼ਨ ਨੂੰ ਕਿਉਂਕਿ ਸਭ ਤੋਂ ਔਖਾ ਕੰਮ ਹੈ ਜਿਨ੍ਹਾਂ ਤੁਸੀਂ ਆਸਾਨੀ ਨਾਲ ਦੇਖਦੇ ਹੋ ਕਿਉਂਕਿ ਹਰ ਇੱਕ ਨੂੰ ਆਪਣਾ ਬੱਚਾ ਬੜਾ ਪਿਆਰਾ ਹੁੰਦਾ ਹੈ ਅੱਛਾ ਭਾਵੇਂ ਕਿਦਾਂ ਦਾ ਵੀ ਗਾਏ ਕਿੱਦਾਂ ਦਾ ਵੀ ਹੋਵੇ ਹੁਣ ਮਾਂ ਨੂੰ ਥੋੜੀ ਕਹਿੰਦੀ ਕਿ ਮੇਰਾ ਪੁੱਤ ਜਿਹੜਾ ਹੈ ਦੁਨੀਆ 'ਚ ਇਹੋ ਹੀ ਤੇ ਇੱਕ ਰਿਸ਼ਤਾ ਹੈ ਕਿ ਮਾਂ ਕਹਿੰਦੀ ਕਿ ਮੇਰਾ ਨਿਆਣਾ ਸਭ ਤੋਂ ਵਧੀਆ ਗਾਉਂਦਾ ਹੈ ਤੇ ਐਕਟਰ ਇਹੋ ਹੀ ਬੰਨਾ ਚਾਹੀਦਾ ਸੀ ਸਿੰਗਰ ਇਹੋ ਬਾਕੀ ਤੇ ਸਾਰੇ ਐਵੇਂ ਹੀ ਨੇ ਪਰ ਜਜਸ ਦੇ ਲਈ ਸਭ ਤੋਂ ਆਖਾ ਕੰਮ ਹੈ ਇਸ ਕਰਕੇ ਹੈ ਕਿਉਂਕਿ ਜਿੰਨੂੰ ਤੁਸੀਂ ਕਹਿ ਦਿਓ ਕਿ ਕਾਕਾ ਮਿਹਨਤ ਕਰ ਤੇ ਉਹਦੀ ਮਾਂ ਕਹਿੰਦੀ ਹੈ ਇੰਨੀ ਤੇ ਮਿਹਨਤ ਕੀਤੀ ਸੀ ਇਹਨਾਂ ਨੂੰ ਪਸੰਦ ਪਤਾ ਨਹੀਂ ਮੁੰਡਾ ਮੇਰਾ ਕਿਉਂ ਨਹੀਂ ਆਇਆ ਜਾਂ ਕੁੜੀ ਮੇਰੀ ਕਿਉਂ ਨਹੀਂ ਆਈ ਸੋ ਬੜਾ ਆਖਾ ਕੰਮ ਹੈ ਇਟਸ ਵੈਰੀ ਟਫ ਜੌਬ ਸਭ ਤੋਂ ਪਹਿਲਾਂ ਮੈਂ ਤਾਰਿਫ ਕਰਾਰੀ ਆਮੈਨ ਨੂੰ ਲੱਗਦਾ ਹੈ ਕਿ ਸਾਡੀ 뮤직 ਇੰਡਸਟਰੀ ਦਾ ਸਭ ਤੋਂ ਹਸਮੁਖ ਚਿਹਰਾ ਹੀ ਹੋਣਾ ਹੈ ਬੇਨ ਇਹਦੇ ਤੋਂ ਜ਼ਿਆਦਾ ਮਤਲਬ ਮੈਨੂੰ ਲੱਗਦਾ ਵੀ ਸੀਰੀਅਸ ਵੀ ਐਦਾਂ ਬੰਦਾ ਸਮਾਈਲ ਕਰਦਾ ਕਿ ਜਿਹੜੇ ਵੇਖਦਾ ਹੋਏ ਤਾਂ ਵੀ ਹੱਸਦਾ ਰਹਿੰਦਾ ਹੋਏ ਸੋ ది ਸਮਾਈਲਿੰਗ ਫੇਸ ਆਫ 뮤직 ਇੰਡਸਟਰੀ ਜਿਸ ਜਿਨ੍ਹਾਂ ਦੇ ਪਿਤਾ ਜੀ ਨੇ ਇੱਕ ਸਮੇਂ ਦੇ ਵਿੱਚ ਮਤਲਬ ਸਾਰੇ 뮤직 ਡਾਇਰੈਕਟਰਸ ਨੂੰ ਫੇਅਰ ਦਿੱਤਾ ਸੀ ਹੁੰਜਾ ਜਨਾਬ ਚਰਨਜੀਤ ਉਹ ਜਦਾ ਹੋਨ ਹਾਰ ਫਰਜ਼ਨ ਜ਼ੋਰਦਾਰ ਤਾੜੀਆਂ ਦੇ ਨਾਲ ਸਚਨ ਆਹੋ ਜਾ। ਸੋ ਉਸ ਤੋਂ ਬਾਅਦ ਉਹ ਫਨਕਾਰ ਜਿਸ ਨੇ ਆਪਣੀ ਗਾਇਕੀ ਦਾ ਹਰ ਇੱਕ ਨੂੰ ਸ਼ਦਾਈ ਬਣਾਇਆ ਹੋਇਆ ਕਿਉਂਕਿ ਸੁਰਾਜ ਸਰਸਵਤੀ ਦੀ ਇੰਨੀ ਰਹਿਮਤ ਤੇ ਗੁੜਤੀ ਮਿਲੀ ਹੈ ਜਿਨ੍ਹਾਂ ਨੂੰ ਸੁਰਾਂ ਦੀ ਔਰ ਸਭ ਤੋਂ ਵੱਡੀ ਗੱਲ ਉਹ ਇੱਕ ਬੜੇ ਕਿਸਮਤ ਵਾਲੇ ਨੇ ਇਹੋ ਜਿਹੇ ਵਾਲਿਦੈਨ ਦੇ ਘਰ ਪੈਦਾ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਹੀ ਕਹਿੰਦੇ ਕਿ ਮਾਲਕ ਨੇ ਕਿਰੇ ਚੰਗਾ ਕਰਮ ਕੀਤਾ ਹੋਏ ਤੇ ਤੁਸੀਂ ਮਤਲਬ ਪਲੇਟਫਾਰਮ ਦੇ ਉੱਤੇ ਜਨਮ ਲੈਂਦੇ ਹੋ ਤੁਹਾਨੂੰ ਪਲੇਟਫਾਰਮ ਮਿਲਦਾ ਹੈ ਪਰ ਤੁਸੀਂ ਪਲੇਟਫਾਰਮ ਦੇ ਉੱਤੇ ਜਨਮ ਲੈਂਦੇ ਹੋ ਇਹ ਵੱਡੀ ਗੱਲ ਏ ਸੋ ਜਿਸ ਦੇ ਗੀਤਾ ਦਾ ਹਰ ਦਿਲ ਦੇ ਸਵਾਲੀ ਜ਼ੋਰਦਾਰ ਥਾੜੀਆਂ ਦੇ ਨਾਲ ਲਖਵਿੰਦਰ ਵਡਾਲੀ ਅੱਛਾ ਮੇਰਾ 올 ਟਾਈਮ ਮੈਨੂੰ ਲੱਗਦਾ ਸਾਰੇ ਆਰਟਿਸਟਾਂ ਦਾ ਵੀ ਫੇਵਰੇਟ ਔਰ ਜਦੋਂ ਤੋਂ ਦੇਖ ਰਹੇ ਆ ਮਤਲਬ ਮੈਨੂੰ ਲੱਗਦਾ ਵੀ ਉਮਰ ਨਾ ਇਹਨਾਂ ਨੇ ਉਹ ਬੰਨ ਹੀ ਲਈ ਕਹਿੰਦੇ ਨਹੀਂ ਇਹਦੇ ਰਾਵਣ ਨੇ ਕਾਲ ਬਣਿਆ ਹੋਇਆ ਸੀ ਇਹਨਾਂ ਨੇ ਉਮਰ ਬੰਨ ਕੇ ਰੱਖੀ ਹੋਈ ਪਾਵੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਚਾਹੇ ਜਪਾਨ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਕੈਨੇਡਾ ਅਮਰੀਕਾ ਦੁਨੀਆ ਦਾ ਕੋਈ ਮਾਮਾਲਿਕ ਇਹੋ ਜਿਹਾ ਨਹੀਂ ਹੋਏਗਾ ਜਿੱਥੇ ਇਹਨਾਂ ਦੇ ਤੂ ਤਕ ਤੂ ਤੂਤੀਆਂ ਦੀ ਤੂਤੀ ਨਹੀਂ ਗੂੰਜੀ ਜ਼ੋਰਦਾਰ ਤਾੜੀਆਂ ਦੇ ਨਾਲ ਐਵਰਗ੍ਰੀਨ ਗੋਲਡਨ ਸਟਾਰ ਮਲਕੀਤ ਸਿੰਘ ਸੋ ਉਸ ਤੋਂ ਬਾਅਦ ਉਹ ਮੁੰਡਾ ਜਿਸ ਨੇ ਜੋ ਟੈਲੈਂਟ ਦੀ ਇਹ ਖਾਨ ਔਰ ਪੰਜਾਬੀ ਸਿਨੇਮੇ ਨੂੰ ਮੈਂ ਕਹਿੰਨੀ ਆ ਕਿ 뮤직 ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਆਏ ਪਰ ਜਦੋਂ 뮤직 ਦੇ ਵਿੱਚ ਇਹਨਾਂ ਨੇ ਵੀ ਇੱਕ ਬਹੁਤ ਹੀ ਬਿਹਤ ਖੂਬਸੂਰਤ ਬੜੇ ਸਭਿਆਚਾਰਕ ਗੀਤ ਨਾਲ ਆਮਦ ਕੀਤੀ ਸੀ ਤੇ ਪੂਰੀ ਦੁਨੀਆ 'ਚ ਚਰਚਾ ਹੋਇਆ ਸੀ ਪਰ ਮੈਂ ਇਹ ਮੰਨਦੀ ਆ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਨੌਜਵਾਨੀ ਦੇ ਵਿੱਚ ਔਰ ਆਪਣੇ ਪ੍ਰਾਈਮ ਟਾਈਮ ਦੇ ਵਿੱਚ ਦੁਬਾਰਾ ਤੋਂ ਸੰਜੀਵ ਕਰਨ ਵਾਲਾ ਉਹ ਟੈਲੈਂਟ ਦੇਖਣ ਪੰਜਾਬੀਆਂ ਦਾ ਹਰਦਿਲਜੀਜ਼ ਹਰਪਜਨ ਮਾਨ ਜ਼ੋਰਦਾਰ ਤਾੜੀਆਂ ਦੇ ਨਾਲ ਹਰਪਜਨ ਮਾਨ ਸਾਹਿਬ ਇਸ ਤੋਂ ਬਾਅਦ ਮੈਂ ਮੰਚ ਤੇ ਸੱਦਾ ਦੇ ਰਹੀਆਂ ਜੀ ਉਹਨਾਂ ਨੂੰ ਜਿਨ੍ਹਾਂ ਨੇ ਇਸ ਸੀਜ਼ਨ ਦੇ ਵਿੱਚ ਸਾਰੇ ਜਿੰਨੇ ਵੀ ਨੌਜਵਾਨ ਬੱਚੇ ਸੀਗੇ ਕੁੜੀਆਂ ਮੁੰਡੇ ਉਹਨਾਂ ਦਾ ਹੌਸਲਾ افزਾਈ ਕੀਤੀ ਜੱਜਸ ਨਾਲ ਲੜੇ ਉਹਨਾਂ ਦੇ ਲਈ ਕਿ ਨਹੀਂ ਹੈ ਚੰਗਾ ਸੀ ਇਹ ਮਾੜਾ ਸੀ ਇਹਦਾ ਗਲਾ ਖਰਾਬ ਸੀ ਇਹਨੂੰ ਐਦਾਂ ਹੋ ਗਿਆ ਇਹਨੂੰ ਐਦਾਂ ਹੋ ਗਿਆ ਮੈਂਟਰ ਆਫ ਰਾਇਲ ਸਟੈਗ ਸੀਜ਼ਨ 5 ਤੇਜਵੰਤ ਕਿੱਟੂ ਜ਼ੋਰਦਾਰ ਤਾੜੀਆਂ ਦੇ ਨਾਲ ਮੈਂ ਮਤਲਬ ਕਿੱਟੂ ਜੀ ਇੱਕ ਬੜੀ ਚੰਗੀ ਗੱਲ ਕਿਉਂਕਿ ਜਦੋਂ ਤੁਸੀਂ ਲੜਦੇ ਹੁੰਦੇ ਹੋ ਨਾ ਬੱਚਿਆਂ ਦੇ ਲਈ ਵੀ ਜੱਜਸ ਦੇ ਨਾਲ ਜਾਂ ਸਾਰਿਆਂ ਦੇ ਨਾਲ ਤੇ ਮੈਨੂੰ ਬੜਾ ਚੰਗਾ ਲੱਗਦਾ ਕਹਿੰਦੇ ਪਤਾ ਨਹੀਂ ਕਿੰਨੇ ਖੰਭਾ ਵਿੱਚ ਇਸ ਭਰੀ ਉਡਾਰੀ ਏ ਪਤਾ ਨਹੀਂ ਕਿੰਨਿਆਂ ਖੰਭਾਂ ਦੇ ਵਿੱਚ ਇਸ ਭਰੀ ਉਡਾਰੀ ਏ ਕਿੰਨਿਆਂ ਦੀ ਗੁੱਡੀ ਇਸ ਅੰਬਰੀ ਚਾੜੀ ਏ ਨਜ਼ਰ ਪਾਰਖੂ ਨਜ਼ਰ ਪਾਰਖੂ ਜਵਾਰੀ ਵਰਗੀ ਲਾਲ ਪਛਾਨ ਲਵੇ ਹਾਰਿਆ ਨਹੀਂ ਇਹ ਇਸ ਵੌਇਸ ਆਫ ਪੰਜਾਬ ਦਾ ਯੋਧਾ ਅਨਥਕ ਖੜਾ ਰਹੀ ਏ ਮੈਨੂੰ ਤਾਂ ਜੀ ਇਦਾਂ ਲੱਗ ਰਿਹਾ ਵੀ ਸ਼ਰਮ ਆ ਰਹੀ ਨਹੀਂ ਸ਼ਰਮਾਤ ਨਹੀਂ ਰਿਹਾ ਐਕਚੁਅਲੀ ਦਿਲ ਬਹੁਤ ਟੜਕ ਰਿਹਾ ਹਾਂ ਕਿਉਂਕਿ ਅੱਜ ਮੇਰੇ ਬੱਚਿਆਂ ਦਾ ਫਾਈਨਲ ਐਗਜ਼ਾਮ ਹੈ ਤੇ ਜਦੋਂ ਐਗਜ਼ਾਮ ਹੁੰਦਾ ਨਾ ਹਾਲਾਂਕਿ ਐਗਜ਼ਾਮ ਉਹਨਾਂ ਨੇ ਦੇਣਾ ਦਿਲ ਮੇਰਾ ਮੇਰਾ ਟੜਕ ਰਿਹਾ ਇਹ ਇਦਾਂ ਹੀ ਲੱਗਦਾ ਹੁੰਦਾ ਮੈਂ ਹਰ ਵਾਰੀ ਇਹੀ ਕਹਿੰਦਾ ਕਿ ਇਦਾਂ ਹੀ ਲੱਗਦਾ ਕਿ ਮੈਂ ਹੀ ਆ ਕੇ ਜਿਸ ਦਾ ਇੱਥੇ ਐਗਜ਼ਾਮ ਦੇਣਾ ਸੋ ਉਹ ਇੱਕ ਦਿਲ ਚ ਜੋ ਇੱਕ ਤੁਕ ਤੁਕੀ ਜੀ ਲੱਗੀ ਹੁੰਦੀ ਹੈ ਨਾ ਉਸ ਤਰ੍ਹਾਂ ਹੋ ਰਿਹਾ ਹੈ ਗੜਿਆ ਚਿਹਰਾ ਤੁਹਾਡੇ ਗੱਲਾਂ ਦਾ ਪੂਰੀ ਜਾਮਨੀ ਨੇ ਕਿ ਤੁਸੀਂ ਮੁਹੱਬਤ ਕਰਦੇ ਹੋ ਹਰ ਵਾਰ ਤੁਸੀਂ ਬੜੀ ਮਿਹਨਤ ਕਰਦੇ ਹੋ ਔਰ ਬੱਚੇ ਇਸ ਕੱਲ ਦੀ ਕਦਰ ਵੀ ਕਰਦੇ ਨੇ ਔਰ ਸਭ ਤੋਂ ਔਖਾ ਕੰਮ ਹੈ थैंक यू वेरी मच एंड ऑल द वेरी बेस्ट थैंक यू जी थैंक यू ਸੋ ਮੈਂ ਦੱਸ ਦਿਆ ਕਿ ਅੱਜ ਸਾਡੇ ਕੋਲ ਜਿਹੜੇ ਫਲਿਸਟ ਨੇ ਉਹਨਾਂ ਦੇ ਨਾਲ ਹੋਣਗੇ ਸਾਡੇ ਤਿੰਨ ਰਾਉਂਡਸ ਤਿੰਨ ਰਾਉਂਡਸ ਦੇ ਵਿੱਚੋਂ ਪਹਿਲਾ ਰਾਉਂਡ ਇਹ ਫੋਕ ਔਰੀਐਂਟਡ ਕਿਉਂਕਿ ਪੰਜਾਬ ਦੀ ਧਰਤੀ ਦੇ ਨਾਲ ਵਬਸਤਾਵਾਂ ਸੀ ਔਰ ਫੋਕ ਸਾਡੇ ਖੂਨ ਦੇ ਵਿੱਚ ਰਵਾਨਗੀ ਦੇ ਵਿੱਚੇ ਤੇ ਫੋਕ ਮੈਨੂੰ ਲੱਗਦਾ ਹੈ ਕਿ ਜਦਾ ਸਿਖਾਉਣ ਦੀ ਵੀ ਲੋੜ ਨਹੀਂ ਹਰ ਬੰਦਾ ਜਿਹੜਾ ਹੈ ਉਸ ਨੂੰ ਫੋਕ ਕਿਧਰੇ ਨਾ ਕਿਧਰੇ ਚਾਹੇ ਸੁਰ ਚ ਹੋਵੇ ਨਾ ਪਰ ਗਾਉਣਾ ਆਉਂਦਾ ਹੈ ਸੋ ਪਹਿਲਾ 라ਉਂਡ ਹੈ ਜੀ ਫੋਕ 라ਉਂਡ ਦੂਸਰਾ 라ਉਂਡ ਹੋਏਗਾ ਬਡਾਲੀ ਸਾਹਿਬ ਦਾ ਫੇਵਰਟ 라ਉਂਡ ਸੂਫੀ 라ਉਂਡ ਕਿਉਂਕਿ ਥੋੜਾ ਜਿਹਾ ਸੁਰ ਦੇ ਵਿੱਚ ਰੋਹਾਨੀਅਤ ਆ ਜਾਵੇ ਤੇ ਉਸ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ ਸੋ ਤੀਸਰਾ 라ਉਂਡ ਹੋਏਗਾ ਜੀ ਓਨ ਚੋਇਸ 라ਉਂਡ ਪਰ ਇਸ 라ਉਂਡ ਤੋਂ ਪਹਿਲਾਂ ਦੋ ਐਲੀਮੀਨੇਸ਼ਨਸ ਹੋਣਗੀਆਂ ਸੋ ਤਿੰਨ ਕੰਟੈਸਟੈਂਟਸ ਰਹਿ ਜਾਣਗੇ اور ਤਿੰਨਾ ਕੰਟੈਸਟੈਂਟਸ ਦੇ ਨਾਲ ਹੋਏਗਾ ਤੀਸਰਾ ਤੇ ਆਖਰੀ ਰਾਉਂਡ ਥੈਟ ਇਜ਼ ਓਨ ਚੋਇਸ ਰਾਉਂਡ اور ਉਸ ਤੋਂ ਬਾਅਦ ਚੁਣਿਆ ਜਾਏਗਾ ਉਹ ਸਿਕੰਦਰ ਜੋ ਬਣੇਗਾ ਰਾਇਲ ਸਟੈਗ ਵਾਇਸ ਆਫ ਪੰਜਾਬ ਸੀਜ਼ਨ 5 ਦਾ ਵਿਨਰ ਸੋ ਐਸ ਤੋਂ ਪਹਿਲਾ ਕਿ ਸਾਡੇ ਕੰਟੈਸਟੈਂਟਸ ਵੀ ਰੈਡੀ ਨੇ ਜਜੇਸ ਵੀ ਰੈਡੀ ਨੇ ਮੈਂ ਚਾਹਨੀ ਹੇ ਇੱਕ ਇੱਕ ਵਾਰੀ ਸਾਰੇ ਹਾਂਜੀ ਸਚਿੰਜ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਜਿੱਥੇ ਸੱਚ ਜਿਉ ਸਾਡੀ ਆਡੀਅנס ਇੱਥੇ ਆਈ ਹੋ ਨਾ ਨੂੰ ਵੀ ਸਤਿ ਸ੍ਰੀ ਅਕਾਲ ਜੀ ਜੋ ਸਾਨੂੰ ਟੀਵੀ ਤੇ ਦੇਖ ਰਿਹਾ ਸਾਰੀ ਦੁਨੀਆ ਚ ਲਾਈਵ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਐਕਸਾਈਟਿਡ ਆ ਅਸੀਂ ਔਰ ਲੱਸੀ ਕੀ ਬਣਦਾ ਹੈ ਮੇ ਦਾ ਬੈਸਟ ਪਰਸਨ ਹਾਂ ਤੁਹਾਡਾ ਵੀ ਫਾਈਨਲ ਐਗਜ਼ਾਮ ਹੀ ਹੈ ਅੱਜ ਇਸ ਤੋਂ ਬਾਅਦ ਉਹ ਨਹੀਂ ਫਾਈਨਲ ਐਗਜ਼ਾਮ ਤੋਂ ਬਾਅਦ ਬੰਦਾ ਸੌ ਜਾਂਦਾ ਘਰ ਜਾਂਦਾ ਕਿ ਦੋ ਦਿਨ ਮੈਨੂੰ ਸੁੱਤਾ ਨਾ ਠਾਇਓ ਸੋ ਤੁਹਾਡੀ ਵੀ ਲੰਬੀ ਜਰਨੀ ਸੀਗੀ ਇਹਨਾਂ ਦੇ ਨਾਲ ਬਿਲਕੁਲ ਬਿਲਕੁਲ ਕਿਉਂਕਿ ਡਿਸੰਬਰ ਤੋਂ ਸ਼ੁਰੂ ਹੋਇਆ ਸੀ ਸ਼ੋ ਤੇ ਹੁਣ ਫ फेब्रुवारी ਦਾ ਐਂਡ ਹੈ ਤੇ ਲੈਟਸ ਸੀ ਕੀ ਬਣਦਾ ਥੈਂਕ ਯੂ ਹਾਂਜੀ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁਕਾਬਲਾ ਜਿਸ ਮੁਕਾਮ ਤੇ ਪਹੁੰਚ ਗਿਆ ਡੇ ਬਾਏ ਡੇ ਸਖਤ ਹੁੰਦਾ ਗਿਆ ਸਾਡੇ ਸਾਰਿਆਂ ਦੀ ਮਿਹਨਤ ਜਿਹੜੀ ਸੀ ਉਹ ਇਸ ਪਲੇਟਫਾਰਮ ਤੇ ਆ ਪਹੁੰਚੀ ਹੈ ਕਿ ਅੱਜ ਸਾਡਾ ਵੀ ਫਾਈਨਲ ਐਗਜ਼ਾਮ ਹੈ ਅੱਜ ਸਾਡੇ ਲਈ ਬੜਾ ਟਫ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੀਟੀਸੀ ਪੰਜਾਬੀ ਦਾ ਜਿਨ੍ਹਾਂ ਨੇ ਸਾਡੀ ਹੈਲਪ ਕਰਨ ਦੇ ਲਈ ਮਲਕੀਤ ਜੀ ਨੂੰ ਮਾਨ ਸਾਹਿਬ ਨੂੰ ਬੁਲਾਇਆ ਮੈਂ ਬਹੁਤ-ਬਹੁਤ ਧੰਨਵਾਦੀਆਂ ਔਰ ਅੱਜ ਬਹੁਤ ਹੀ ਖੁੱਲੀ ਫੈਜ਼ਾ ਦੇ ਵਿੱਚ ਬਹੁਤ ਹੀ ਮਜ਼ੇਦਾਰ ਬੱਚੇ ਗਾਉਣਗੇ ਔਰ ਸਾਨੂੰ ਉਮੀਦ ਹੈ ਕਿ ਅੱਜ ਸਾਰੇ ਬਹੁਤ ਅੱਛਾ ਪਰਫਾਰਮ ਕਰਨਗੇ ਬਾਕੀ ਲੱਕ ਹੈ ਜਿਹੜਾ ਅੱਛਾ ਗਾ ਗਿਆ ਮੈਂ ਕਹਿਣਾ ਉਹਨਾਂ ਕਿ ਰਾਗ ਰਸੋਈ ਪਗੜੀ ਕبھی ਕਬੀ ਬਨ ਜਾਏ ਵਾਹ ਤੇ ਇਹ ਅੱਜ ਦਿਨ ਕਿਹਦਾ ਉਹ ਮਾਲਕ ਜਾਣਦਾ ਦਿਖਦੇ ਆ ਕੀ ਬਣਦਾ ਥੈਂਕ ਯੂ ਲਗਵਿੰਦਰ ਜੀ ਥੈਂਕ ਯੂ ਬਲਕੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਔਰ ਸਾਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਾਰਿਆਂ ਨੂੰ ਬੋਲੇ ਸੋਨਿਹਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਔਰ ਸਾਰੀ ਦੁਨੀਆ ਚ ਪੀਟੀਸੀ ਨੂੰ ਵੇਖ ਰਿਹਾ ਜੀ ਦਰਸ਼ਕ ਉਹਨਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਥੇ ਵੀ ਜਾਣੇ ਵੌਇਸ ਆਫ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਔਰ ਅੱਜ ਸਾਰੇ ਅ ਬੜਾ ਕਹਿੰਦੇ ਹੁੰਦੇ ਕਿ ਦਿਲ ਥਾਮ ਕੇ ਬੈਠੇ ਐ ਬੜਾ ਸੋਚ ਕੇ ਬੈਠੇ ਕਿ ਅੱਜ ਕੌਣ ਨੰਬਰ 1 ਨਿਹਾਊਗਾ ਕੌਣ ਵੌਇਸ ਆਫ ਪੰਜਾਬ ਬਣੂਗਾ ਸੋ ਸਾਰੀ ਦੁਨੀਆ ਚ ਇਸ ਪ੍ਰੋਗਰਾਮ ਨੂੰ ਦੇਖਿਆ ਜਾ ਰਿਹਾ ਜੇ ਔਰ ਪੀਟੀਸੀ ਬਹੁਤ ਕੰਨਾਂ ਦੇ ਵਧਾਈ ਦੇ ਪਾਤਰ ਕਿ ਜਿਨ੍ਹਾਂ ਨੇ ਐਡਾ ਵੱਡਾ ਸਾਰੀ ਟੀਮ ਨੇ ਬਹੁਤ ਹੀ ਅੱਛਾ ਇਸ ਪ੍ਰੋਗਰਾਮ ਨੂੰ ਇਸ ਸਟੇਜ ਤੇ ਲਿਆਂਦਾ ਔਰ ਮੁੰਡੇ ਸਾਡੇ ਜਜਮੈਂਟ ਕਰਕੇ ਬਹੁਤ ਹੀ ਅੱਛਾ ਇਹਨਾਂ ਨੇ ਪ੍ਰੋਗਰਾਮ ਨੂੰ ਕੀਤਾ ਕਿਟੂ ਸਾਬ ਨੇ ਸਾਰਿਆਂ ਨੇ ਸਲੀਮ ਨਹੀਂ ਆ ਜਾ ਚੁੱਕਿਆ ਉਹਨੂੰ ਵੀ ਅਸੀਂ ਮਿਸ ਕਰਦੇ ਹਾਂ ਸੋ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਹੈ ਔਰ ਬਹੁਤ ਹੀ ਵਧੀਆ ਪਲੇਟਫਾਰਮ ਹੈ ਸਤੀ ਜੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਲਈ ਤਾਂ ਜਦੋਂ ਆਪਾਂ ਗਾਉਂਦੇ ਸੀ ਤਾਂ ਸਾਡੇ ਲਈ ਤਾਂ ਸਿਰਫ ਇੱਕ ਦੂਰਦਰਸ਼ਨ ਹੁੰਦਾ ਸੀ ਔਰ ਇਹ ਬਹੁਤ ਹੀ ਵੱਡਾ ਪਲੇਟਫਾਰਮ ਹਮ ਸਾਰਿਆਂ ਨੇ ਸਾਰਿਆਂ ਨੂੰ ਦਿੱਤਾ ਇੱਥੇ ਸੋ ਬਹੁਤ-ਬਹੁਤ ਮੇਰੇ ਵੱਲੋਂ ਸਾਰੇ ਜਿੰਨੇ ਵੀ ਅੱਜ ਗਾਉਣ ਵਾਲੇ ਨੇ ਉਹਨਾਂ ਨੂੰ ਗੁੱਡ ਲੱਕ ਬਹੁਤ ਮਿਹਨਤ ਦੇ ਨਾਲ ਅੱਜ ਉਹ ਗੱਲ ਹੈ ਚੈੱਕ ਕਰੋ ਕਰੋ ਤੇ ਮਰੋ ਵਾਲੀ ਗੱਲ ਹੈ ਕਿ ਫੁੱਲ ਜੋ ਕਾ ਸਕਦੇ ਆ ਉਹ ਗਾਉਣ ਸਾਰਿਆਂ ਨੂੰ ਬਹੁਤ-ਬਹੁਤ ਗੁੱਡ ਲੱਕ ਥੈਂਕ ਯੂ ਜੀ ਵੇਖਦੇ ਆ ਕਿ ਅੱਜ ਦੇ ਸੁਪਨੇ ਪੂਰੇ ਹੁੰਦੇ ਨੇ ਅੱਜ ਕਿਉਂਕਿ ਅੱਜ ਤੋਂ ਬਾਅਦ ਜਿਹੜਾ ਵੀ ਵਿਨਰ ਹੋਏਗਾ ਉਨੇ ਸਟਾਰ ਬਣ ਜਾਣਾ ਸੋ ਮਿਹਨਤ ਤੁਹਾਨੂੰ ਸਾਰਿਆਂ ਨੂੰ ਤੇ ਮੇਰੇ ਮੈਨੂੰ ਵੀ ਬਹੁਤ ਲੰਬੀ ਕਰਨੇ ਪਈਏ ਵਾਕਈ ਤੁਸੀਂ ਸਹੀ ਕਿਹਾ ਕਿ ਬੜਾ ਵੱਡਾ ਪਲੇਟਫਾਰਮ ਹੈ ਕਿ ਤੁਸੀਂ ਓਵਰਨਾਈਟ ਸਟਾਰ ਬਣ ਜਾਂਦੇ ਹੋ ਟੈਲੀਵਿਜ਼ਨ ਤੇ ਆ ਜਾਂਦੇ ਹੋ ਲੱਖਾਂ ਕਰੋੜਾ ਦੁਨੀਆ ਤੁਹਾਨੂੰ ਦੇਖਦੀ ਹੈ ਮਾਨ ਸਾਹਿਬ ਤੁਹਾਨੂੰ ਜੀ ਔਰ ਸਾਰੇ ਦਰਸ਼ਕ ਜੋ ਇੱਥੇ ਪਹੁੰਚੇ ਨੇ ਤੇ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਪੰਜਾਬੀ ਅੱਜ ਵੌਇਸ ਆਫ ਪੰਜਾਬ ਦੇ 5ਵੇਂ ਸੀਜ਼ਨ ਨੂੰ ਦੇਖ ਰਹੇ ਨੇ ਮੇਰੇ ਸ਼ਹਿਰ ਮਹਾਲੀ ਵਿੱਚ ਅੱਜ ਹੋ ਰਿਹਾ ਜੀ ਤੇ ਮੈਂ ਇਹੀ ਕਵਾਂਗਾ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤੇ ਸ਼ਰੀਫ ਲਿਆ ਆਿਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਥੈਂਕ ਯੂ ਔਰ ਮੈਂ ਸਿਰਫ ਇੱਕ ਗੈਸਟ ਜਜ ਹਾਂ ਜੀ ਸਾਰੀ ਮਿਹਨਤ ਆ ਮੇਰੇ ਛੋਟੇ ਵੀਰ ਨੇ ਸਚਨ ਹੂਜਾ ਸਾਹਿਬ ਗੱਲਾਂ ਗੋਰੀਆਂ ਵਿੱਚ ਟੋਏ ਤੇ ਲਖਵਿੰਦਰ ਬਡਾਲੀ ਜੀ ਮਲਕੀਤ ਭਾਜੀ ਇਹਨਾਂ ਦੀ ਜਜਮੈਂਟ ਹੈ ਜੀ ਔਰ ਬਹੁਤ ਖੁਸ਼ੀ ਇਸ ਚੀਜ਼ ਦੀ ਹੈ ਕਿ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਸਰੀਲੇ ਸਾਡੇ ਜਿਹੜੇ ਆਉਣ ਵਾਲੇ ਕੱਲ ਦੇ ਸਟਾਰਸ ਨੇ ਉਹ ਕਿੰਨੇ ਸਰੀਲੇ ਨੇ ਕਿੰਨੀ ਤਿਆਰੀ ਵਿੱਚ ਨੇ ਤੇ ਮਾਲਕ ਇਹਨਾਂ ਸਭ ਨੂੰ ਇਹਨਾਂ ਨੂੰ ਭਾਗ ਲਾਵੇ ਔਰ ਸਾਰੇ ਆਪਣੇ ਆਪਣੇ ਜੋ ਸੁਪਨੇ ਨੇ ਇਹਨਾਂ ਦੇ ਉਹ ਪੂਰੇ ਹੋਣ ਬਿਲਕੁਲ ਠੀਕ ਹੈ ਮਾਨ ਸਾਹਿਬ ਤੁਸੀਂ ਕਿਉਂਕਿ ਬਹੁਤ ਸਾਰੇ ਜਿੰਨੇ ਵੀ ਕੰਪੀਟੀਸ਼ਨ ਦੇ ਵਿੱਚ ਔਰ ਖਾਸ ਤੌਰ ਤੇ ਫਾਈਨਲ ਚ ਆਏ ਨੇ ਹੁਣ ਇੱਥੋਂ ਜਾਣ ਦਾ ਤੇ ਕਿਸੇ ਦਾ ਜੀ ਨਹੀਂ ਕਰਦਾ ਹਰ ਬੰਦਾ ਵੈਸੇ ਤੇ ਆਪਣੇ ਆਪ ਚ ਵਿਨਰ ਹੈ ਕਿਉਂਕਿ ਬਿਲਕੁਲ ਸ਼ੰਨੀ ਚ ਛਾਨ ਕੇ ਇਹਨਾਂ ਨੇ ਇਥੋਂ ਤੱਕ ਪੰਜ ਜਿਹੜੇ ਵਿਨਰਸ ਨੇ ਉਹ ਲਿਆਉਂਦੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬਣੇਗਾ ਰਾਇਲ ਸਟੈਗ ਸੀਜ਼ਨ 5 ਦਾ ਵਿਨਰ ਸੋ ਵੇਖਣਾ ਕਿ ਅੱਜ ਦੀ ਇਹ ਰਾਤ ਜਿਹੜੀ ਉਹ ਕਿਸ ਦੇ ਲਈ ਮੁਕੱਦਸ ਹੋ ਗੁਜ਼ਰਦੀ ਹੈ